ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਇੱਕ ਨਵੀਂ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜੋ ਕਿ ਪੀਪੀਐਸਸੀ ਵੱਲੋਂ ਜਾਰੀ ਕੀਤਾ ਗਿਆ ਹੈ ਜੀ ਬਿਲਕੁਲ ਫਰੈਸ਼ ਨੋਟੀਫਿਕੇਸ਼ਨ ਹੈ ਜੀ ਇਹਦੇ ਵਿੱਚ ਕਾਫੀ ਸਾਰੇ ਕੈਂਡੀਡੇਟ ਐਲੀਜੀਬਲ ਹੋਣ ਵਾਲੇ ਨੇ ਅਲੱਗ-ਅਲੱਗ ਕੁਆਲਿਫਿਕੇਸ਼ਨ ਮੰਗੀ ਗਈ ਹੈ ਜੀ ਸੋ ਮੈਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਕੰਪਲੀਟ ਪ੍ਰੋਸੈਸਿਸ ਦੇ ਵਿੱਚ ਦੱਸਾਂਗਾ ਕਿੱਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਔਰ ਫੁੱਲ ਇਨਫੋਰਮੇਸ਼ਨ ਤੁਹਾਨੂੰ ਕਿੱਥੋਂ ਮਿਲੇਗੀ ਕਿਹੜੇ ਡ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਔਰ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਦੇਣਾ ਤਾਂਕਿ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ पाओ ਵੈਕੈਂਸੀਸ ਕਾਫੀ ਸਾਰੀਆਂ ਆਊਟ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੇ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਜਿਹਦੇ ਲਈ ਤੁਸੀਂ Google ਤੇ ਜਾ ਕੇ ਟਾਈਪ ਕਰਨਾ ਹੈ ਜੀ meetacademy.xyz ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਉਹ ਮਿਲ ਜਾਏਗੀ ਉਤੋ ਤੁਸੀਂ ਜਿਹੜਾ ਅਪਡੇਟ ਲੈ ਕੇ ਆਪਣੀ ਸਾਰੀ ਇਨਫੋਰਮੇਸ਼ਨ ਲੈ ਕੇ ਅਪਲਾਈ ਵੀ ਕਰ ਸਕਦੇ ਹੋ ਕਿਉਂਕਿ ਇੱਥੇ ਤੁਹਾਨੂੰ ਅਸੀਂ ਨੋਟੀਫਿਕੇਸ਼ਨ ਦੇ ਨਾਲ-ਨਾਲ ਅਪਲਾਈ ਕਰਨ ਦਾ ਲਿੰਕ ਵੀ ਦਿੰਨੇ ਆ ਸੋ ਤੁਸੀਂ ਉਹ ਵੀ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜੀ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਤੁਸੀਂ ਸਾਡੀ ਵੈਬਸਾਈਟ ਤੇ ਜ਼ਰੂਰ ਵਿਜ਼ਿਟ ਕਰਿਓ ਜੀ ਔਰ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਵੀ ਤਿਆਰੀ ਕਰ ਰਹੇ ਹੋ ਤਾਂ ਉਹਦੇ ਲਈ ਵੀ ਸਟੱਡੀ ਮਟੀਰੀਅਲ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਦੇ ਦੇਵਾਂਗਾ ਤੁਸੀਂ ਡਾਊਨਲੋਡ ਕਰ ਸਕਦੇ ਹੋ ਜੀ ਪੀਡੀਐਫ ਫਾਰਮੈਟ ਦੇ ਵਿੱਚ ਰਹਿੰਦਾ ਹੈ ਤਾਂ ਤੁਸੀਂ ਹੁਣ ਆਪਣੀ ਮੋਬਾਈਲ ਲੈਪਟਾਪ ਪੀਸੀ ਕਿਤੇ ਵੀ ਕੈਰੀ ਕਰ ਸਕਦੇ ਹੋ ਸੋ ਤੁਹਾਡੇ ਲਈ ਕਨਵੀਨੀਐਂਟਲੀ ਕਿਤੇ ਵੀ ਲੈ ਕੇ ਜਾ ਸਕਦੇ ਹੋ ਤੁਸੀਂ ਔਰ ਉੱਥੇ ਆਪਣੀ ਤਿਆਰੀ ਜਿਹੜੀ ਤੁਸੀਂ ਕਰ ਸਕਦੇ ਹੋ ਚਲੋ ਹੁਣ ਮੈਂ ਤੁਹਾਨੂੰ ਲੈ ਚਲਦਾ ਜੀ ਨੋਟੀਫਿਕੇਸ਼ਨ ਦੇ ਉੱਤੇ ਤੇ ਉੱਥੇ ਜਾ ਕੇ ਤੁਹਾਨੂੰ ਫੁੱਲ ਇਨਫੋਰਮੇਸ਼ਨ ਦਿੰਨਾ ਹੈ ਕਿਦਾਂ ਇਹਦੇ ਲਈ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਜਿਹੜਾ ਜੀ ਉਹ ਕਰ ਸਕਦਾ ਹੈ ਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲਈਏ ਦੇ ਲਈ ਅਪਲਾਈ ਕਿੱਦਾਂ ਕਰਨਾ ਹੋਏਗਾ ਅਪਲਾਈ ਕਰਨ ਦਾ ਮੂਡ ਜਿਹੜਾ ਜੀ ਉਹ ਆਨਲਾਈਨ ਹੀ ਹੈਗਾ ਇਹਨਾਂ ਨੇ ਪ੍ਰੋਪਰ ਮੈਂਸ਼ਨ ਕੀਤਾ ਹੋਇਆ ਹੈ ਦਾ ਕੈਂਡੀਡੇਟਸ ਆਰ ਨਾਟ ਰਿਕੁਆਇਰਡ ਟੂ ਸੈਂ ਪਬਲਿਕ ਸਰਵਿਸ ਕਮਿਸ਼ਨ ਠੀਕ ਹੈ ਜੀ ਸੋ ਇਥੇ ਉਹਨਾਂ ਨੇ ਕੀਤਾ ਹੋਇਆ ਹੈ ਜੀ ਕਿ ਤੁਸੀਂ ਸੈਂਡ ਨਹੀਂ ਕਰਨਾ ਕਿਸੇ ਪੋਸਟ ਦੇ ਥਰੂ ਸਿਰਫ ਆਨਲਾਈਨ ਹੀ ਇੱਕ ਮੀਡੀਅਮ ਹੈ ਜਿੱਦਾਂ ਤੁਸੀਂ ਅਪਲਾਈ ਕਰਦੇ ਹੋ ਤਾਂ ਉਹਨਾਂ ਨੇ ਡਿਟੇਲ ਜਿਹੜੇ ਨੇ ਐਪਲੀਕੇਸ਼ਨ ਦੇ ਵਿੱਚ ਭਰਨ ਲਈ ਕੇਅਰਫੁਲੀ ਕਿਹਾ ਕਿਉਂਕਿ ਨੇਮ ਫਾਦਰ ਨੇਮ ਡੇਟ ਆਫ ਬਰਥ ਕੈਟਾਗਰੀ ਆਧਾਰ ਕਾਰਡ ਨੰਬਰ ਕੁਆਲਿਫੀਕੇਸ਼ਨ ਐਕਸਪੀਰੀਐਂਸ ਫੋਟੋ ਸਿਗਨੇਚਰ ਫੀ ਇਟਸੈਟਰਾ ਕਿਉਂਕਿ ਇੱਕ ਵਾਰੀ ਤੁਹਾਡਾ ਆਨਲਾਈਨ ਫਾਰਮ ਅਗਰ ਸਬਮਿਟ ਹੋ ਗਿਆ ਤਾਂ ਕੋਈ ਚੇਂजेस ਜਿਹੜੇ ਨੇ ਅਲਾਉ ਨਹੀਂ ਕੀਤੇ ਜਾਣਗੇ ਸੋ ਇਸ ਕਿਹੜੀ ਕਿਸੇ ਵੀ ਤਰ੍ਹਾਂ ਦੀ ਕੀਤੀ ਗਈ ਮਿਸਟੇਕ ਕਰੋਗੇ ஆன்ਲਾਈਨ ਸਬਮਿਟ ਕਰਨ ਦੇ ਲਈ ਰਜਿਸਟ੍ਰੇਸ਼ਨ ਜ਼ਰੂਰੀ ਹੋਏਗੀ ਜੀ ਉਸ ਤੋਂ ਬਾਅਦ ਤੁਸੀਂ ਆਪਣੇ ਸਾਰੇ ਸਰਟੀਫਿਕੇਟ ਜਿਹੜੇ ਨੇ ਅਪਲੋਡ ਕਰਨੇ ਹੋਣਗੇ ਜੀ 셀ਫ ਟੈਸਟਡ ਸਰਟੀਫਿਕੇਟ ਜਿਹੜੇ ਸਬਮਿਟ ਕਰੋਗੇ ਉਹ ਤੁਹਾਨੂੰ ਇੱਥੇ ਮੈਂਸ਼ਨ ਕੀਤਾ ਹੋਇਆ ਹੈ ਜੀ ਹਰ ਇੱਕ ਚੀਜ਼ ਕਿ ਤੁਸੀਂ ਕਿਦਾਂ ਮੈਂਸ਼ਨ ਕਰ ਕਿਦਾਂ ਕਿਦਾਂ ਤੁਸੀਂ ਅਪਲੋਡ ਕਰੋਗੇ ਔਰ ਇਸ ਦੇ ਵਿੱਚ ਐਪਲੀਕੇਸ਼ਨ ਫੀ ਤੁਹਾਨੂੰ ਭਰਨੀ ਹੋਏਗੀ ਜੋ ਕਿ ਸ਼ਡਿਊਲ ਕਾਸਟ ਕੈਂਡੀਡੇਟਸ ਦੇ ਲਈ ਜਿਹੜੀ ਹੈ 500 ਰੁਪੀ ਐਪਲੀਕੇਸ਼ਨ ਚਾਰजेस ਨੇ ਔਰ ਐਗਜ਼ਾਮੀਨੇਸ਼ਨ ਫੀ 250 ਰੁਪਿਆ ਸੋ ਟੋਟਲ 750 ਰੁਪਿਆ ਹੈ ਜੀ ਐਕ ਸਰਵਿਸਮੈਨ ਦੇ ਲਈ 500 ਰੁਪੀ ਨੇ ਇਕਨੋਮ ਦੇਲੀ 500 ਰੁਪਏ ਨੇ اور ਇਸ ਦੇ ਨਾਲ ਅਦਰ ਕੈਟਾਗਰੀ ਜੋ ਕਿ ਜਨਰਲ ਸਪੋਰਟਸ ਪਰਸਨ ਪੰਜਾਬ ਵਾਰਡ ਫਰੀडम फाइਟਰ ਪੰਜਾਬ ਦੇ ਲਈ 1500 ਰੁਪਏ ਜਿਹੜੇ ਐਪਲੀਕੇਸ਼ਨ ਫੀ ਹੈ ਜੋ ਪੀਪੀਐਸਸੀ ਲਈ ਹਰ ਵਾਰ ਦਿੱਤਾ ਰਹਿੰਦੀ ਹੈ ਜੀ ਉਹੀ ਤੁਸੀ ਪੇ ਕਰਨੀ ਹੋਵੇਗੀ ਜੋ ਕਿ ਆਨਲਾਈਨ ਹੀ ਪੇ ਕਰਨੀ ਹੈ ਜੀ ਡਿਟੇਲ ਤੁਸੀ ਚੜੀਆਂ ਨੇ ਆਪਣੀ ਮੈਂਸ਼ਨ ਕਰ ਦੇਣੀ ਹੈ ਹੁਣ ਅਸੀਂ ਗੱਲ ਕਰ ਲੈਣੇ ਆ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਆਊਟ ਕੀਤਾ ਗਿਆ ਹੈ ਸੋ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣਾ ਚਾਹਾਂਗਾ ਜੀ ਅਗਰ ਤੁਸੀਂ SSC ਦੇ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਜੀ ਚਾਹੀ ਉਹ SSC CGL ਹੈ ਚਾਹੀ CHSL ਹੈ Unacademy ਦੇ ਵੱਲੋਂ ਬੈਚ ਚਲਾਇਆ ਜਾ ਰਿਹਾ ਹੈ 29 ਦਸੰਬਰ ਤੋਂ ਚਾਹੀ ਤੁਸੀਂ GK ਦੀ ਤਿਆਰੀ ਕਰ ਰਹੇ ਹੋ ਠੀਕ ਹੈ ਜੀ SSC ਇਗਜ਼ਾਮ ਦੀ SSC MTS ਦੀ ਤਿਆਰੀ ਕਰ ਰਹੇ ਹੋਈ ਹੈ SSC ਸਟੈਨੋਗ੍ਰਾਫਰ ਦੀ ਜਾਂ ਫਿਰ SSC CPO ਦੀ ਤਿਆਰੀ ਕਰ ਰਹੇ ਹੋ ਤਾਂ Unacademy ਵੱਲੋਂ ਬੈਚ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ ਜੀ ਜਿਸ ਦੇ ਵਿੱਚ ਤੁਹਾਨੂੰ ਫੁੱਲ ਸਿਲੇਬਸ ਜਿਹੜਾ ਜੀ ਉਹ ਕਵਰ ਕਰਾਇਆ ਜਾਏਗਾ ਜੋ ਕਿ ਤੁਸੀਂ 0 ਤੋਂ ਲੈ ਕੇ 100% ਤੱਕ ਤੁਹਾਨੂੰ ਜਿਹੜਾ ਸਿਲੇਬਸ ਹੈ ਚਕਲਾ ਕਰਾਇਆ ਜਾਏਗਾ ਇਸ ਦੇ ਵਿੱਚ 400 ਘੰਟੇ ਦੇ ਆਰ ਜਿਹੜੇ ਨੇ ਉਹ ਰਹਿਣਗੇ ਜੀ ਤਿਆਰੀ ਕਰਾਉਣ ਦੇ ਲਈ ਤੁਹਾਡੀ ਔਰ ਪ੍ਰਾਇੋਰਟੀ ਬੇਸਿਸ ਤੇ ਤੁਹਾਨੂੰ ਜਿਹੜੇ ਜੀ ਉਹ ਡਾਊਟ ਸੋਲਵਿੰਗ ਤੁਹਾਡੇ ਜਿਹੜੇ ਡਾਊਟ ਨੇ ਸੋਲਵ ਕੀਤੇ ਜਾਣਗੇ ਜੋ ਕਿ ਤੁਸੀਂ ਅਨ ਅਕੈਡਮੀ ਦੀ ਐਪ ਦੇ ਵਿੱਚ ਜੋ ਕਿ ਆਸਕਰ ਡਾਊਟ ਫੀਚਰ ਦੇ ਥਰੂ ਲੈ ਸਕਦੇ ਹੋ ਪਲੱਸ ਤੁਹਾਨੂੰ ਪ੍ਰਾਇੋਰਟੀ ਦਿੱਤੀ ਜਾਏਗੀ ਅਗਰ ਤੁਸੀਂ ਉਹਦਾ ਪਲੱਸ ਸਬਸਕ੍ਰਿਪਸ਼ਨ ਲੈਂਦੇ ਹੋ ਜੀ ਉਹਦੇ ਲਈ ਅਗਰ ਤੁਸੀਂ ਲੈਂਦੇ ਹੋ ਪਲੱਸ ਸਬਸਕ੍ਰਿਪਸ਼ਨ ਤਾਂ ਤੁਸੀਂ ਅਪਲਾਈ ਕਰਦੇ ਹੋਏ ਮੇਰਾ ਕੋਡ ਯੂਜ਼ ਕਰ ਸਕਦੇ ਹੋ ਹਰਮਨ 10 ਜਿਸ ਦੇ ਵਿੱਚ ਤੁਹਾਨੂੰ ਇਨਸਟੈਂਟ 10% ਡਿਸਕਾਊਂਟ ਜਿਹੜਾ ਜੋ ਮਿਲ ਜਾਂਦਾ ਹੈ ਔਰ ਪਲੱਸ ਅ ਕੋਈ ਡਾਊਟ ਹੁੰਦਾ ਤਾਂ ਤੁਸੀਂ ਇਹਨਾਂ ਨੂੰ ਲਾਈਵ ਕਲਾਸ ਦੇ ਵਿੱਚ ਆਪਣਾ ਡਾਊਟ ਜਿਹੜਾ ਜੀ ਉਹ ਕਲੀਅਰ ਕਰ ਸਕਦੇ ਹੋ ਇਸ ਦੇ ਵਿੱਚ ਸਾਰੇ ਇੱਕ ਆ ਅਲੱਗ-ਲੱਗ ਐਸਪੀਰੈਂਟ ਜਿਹੜੇ ਨੇ SSC ਦੇ ਉਹ ਜਿਹੜੇ ਟੈਸਟ ਸੀ ਦੀ ਜਿਹਨੇ ਉਹ ਇਹਦੇ ਵਿੱਚ ਅਟੈਂਪਟ ਕਰਦੇ ਨੇ ਸੋ ਤੁਸੀਂ ਆਪਣੀ ਪ੍ਰੈਪਰੇਸ਼ਨ ਵੀ ਚੈੱਕ ਕਰ ਸਕਦੇ ਹੋ ਕਿ ਕਿਸ ਲੈਵਲ ਦੀ ਕੀਤੀ ਹੋਈ ਹੈ ਪਲੱਸ ਤੁਸੀਂ ਇਹਨਾਂ ਦੀ ਐਪਲੀਕੇਸ਼ਨ ਦੇ ਵਿੱਚ ਰੇਜ਼ ਯੋਰ ਹੈਂਡਸ ਦਾ ਫੀਚਰ ਨੂੰ ਯੂਜ਼ ਕਰਦੇ ਹੋਏ ਆਪਣਾ ਕੋਈ ਵੀ ਡਾਊਟ ਹੈ ਉਹ ਕਲੀਅਰ ਲਾਈਵ ਕਲਾਸ ਦੇ ਵਿੱਚ ਕਰ ਸਕਦੇ ਹੋ ਔਰ ਅਗਰ ਤੁਸੀਂ SSC ਕੰਬੈਟ ਇਹਨਾਂ ਦਾ ਅਟੈਂਡ ਕਰਨਾ ਚਾਹੁੰਦੇ ਹੋ ਤਾਂ ਸੈਕਿੰਡ ਜਨਵਰੀ ਤੋਂ ਸਟਾਰਟ ਹੋ ਰਿਹਾ ਹੈ ਜੀ ਸੈਕਿੰਡ ਜਨਵਰੀ ਤੋਂ 40 ਪੁੱਛੇ ਜਾਣਗੇ ਔਰ ਜਿਸ ਵਿੱਚ ਤੁਸੀਂ ਆਪਣਾ 올 ਇੰਡੀਆ ਰੈਂਕ ਵੀ ਚੈੱਕ ਕਰ ਸਕਦੇ ਹੋ ਔਰ 1000 ਕੈਂਡੀਡੇਟ ਨੂੰ ਜਿਹੜੇ ਨੇ ਉਹ ਇਹਨਾਂ ਵੱਲੋਂ ਗੁਡੀਜ਼ ਦਿੱਤੇ ਜਾਣਗੇ ਸੋ ਦਿਸੰਬਰ ਆਫਰ ਦੇ ਤਹਿਤ ਤੁਸੀਂ ਚੈੱਕ ਕਰ ਸਕਦੇ ਹੋ ਅਲੱਗ-ਅਲੱਗ ਆਫਰਸ ਨੇ ਜੀ ਸਾਰੇ ਲਿੰਕ ਡਿਸਕ੍ਰਿਪਸ਼ਨਸ ਨੇ ਤੁਸੀਂ ਇਹਨਾਂ ਨੂੰ ਜਰੂਰ ਇੱਕ ਵਾਰੀ ਸਬਸਕ੍ਰਾਈਬ ਕਰ ਲੈਣਾ ਤੇ ਮੇਰਾ ਕੋਡ ਜੋ ਕਿ ਹਰਮਨ 10 ਯੂਜ਼ ਕਰਨਾ ਨਾ ਭੁੱਲਣਾ ਜੀ ਸੋ ਚਲੋ ਹੁਣ ਤਾਂ ਅਸੀਂ ਗੱਲ ਕਰ ਲੈਂਦੇ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਜੀ ਇਹ ਨੋਟੀਫਿਕੇਸ਼ਨ ਜਿਹੜਾ ਜੀ ਫੰਕਸ਼ਨਲ ਮੈਨੇਜਰ ਦੀਆਂ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਜੋ ਕਿ ਡਿਪਾਰਟਮੈਂਟ ਆਫ ਇੰਡਸਟਰੀਜ਼ ਐਂਡ ਕਮਰਸ ਗਵਰਨਰਮੈਂਟ ਆਫ ਪੰਜਾਬ ਵੱਲੋਂ ਆਊਟ ਕੀਤਾ ਗਿਆ ਹੈ ਜੀ ਇਸ ਦੇ ਵਿੱਚ ਵੈਕੈਂਸੀਜ਼ ਤੁਸੀਂ ਦੇਖ ਪਾ ਰਹੇ ਹੋ ਜਨਰਲ ਦੇ ਲਈ ਜਿਹੜੀਆਂ ਨੇ ਪੋਸਟ ਡਿਨਰੀ ਰਿਜ਼ਰਵ ਰੱਖੀਆਂ ਗਈਆਂ ਨੇ ਜੋ ਕਿ ਅਲੱਗ-ਅਲੱਗ ਕਾਊਂਟਿੰਗ ਹੈ ਅਲੱਗ-ਅਲੱਗ ਕੈਟਾਗਰੀ ਵਾਈਜ਼ ਸੋ ਤੁਸੀਂ ਜਿਸ ਵੀ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਉਸ ਕੈਟਾਗਰੀ ਦੇ ਅੰਡਰ ਜਿਹੜੀਆਂ ਵੈਕੈਂਸੀਜ਼ ਨੇ ਉਹਦੇ ਲਈ ਤੁਸੀਂ ਅਪਲਾਈ ਜਿਹੜਾ ਜੀ ਉਹ ਕਰ ਸਕਦੇ ਹੋ ਜੀ 34 ਟੋਟਲ ਪੋਸਟਾਂ 35400 ਤੋਂ ਜਿਹੜੀ ਜਮਿਨੀਅਮ ਸੈਲਰੀ ਇਸ ਦੇ ਵਿੱਚ ਦਿੱਤੀ ਜਾਏਗੀ। ਸੋ ਨੈਕਸਟ ਅਗਰ ਗੱਲ ਕਰੀਏ ਆਪਾਂ ਇਸ ਦੇ ਵਿੱਚ ਕਿ ਕੁਆਲਿਫੀਕੇਸ਼ਨ ਤੁਹਾਡੀ ਐਸੈਂਸ਼ੀਅਲ ਕੀ ਹੈ ਜੀ ਜਿਹੜੇ ਕੈਂਡੀਡੇਟ ਨੇ ਡਿਗਰੀ ਕੀਤੀ ਹੋਈ ਹੈ ਇੰਜੀਨੀਅਰਿੰਗ ਦੇ ਵਿੱਚ ਜਾਂ ਡਿਸਪਲਿਨ ਜਿਹੜੀ ਟੈਕਸਟਾਈਲ ਐਂਡ ਟੈਕਨੋਲੋਜੀ ਦੇ ਵਿੱਚ ਜਾਂ ਇਸ ਦੇ ਇਕੁਇਲੈਂਟ ਤੁਹਾਡੇ ਕੋਲ ਹੈਗੀ ਹੈ ਤਾਂ ਤੁਸੀਂ ਅਪਲਾਈ ਜਿਹੜਾ ਇਸ ਲਈ ਕਰ ਸਕਦੇ ਹੋ। ਉਹ ਤੁਹਾਡੇ ਕੋਲ ਡਿਪਲੋਮਾ ਜਿਹੜਾ ਹੈ ਜੀ ਉਹ ਹੋਣਾ ਚਾਹੀਦਾ ਜੋ ਕਿ ਇੰਜੀਨੀਅਰਿੰਗ ਦੇ ਵਿੱਚ ਠੀਕ ਹੈ ਕਿਸੇ ਵੀ ਬ੍ਰਾਂਚ ਦੇ ਵਿੱਚ ਜੋ ਕਿ ਟੈਕਸਟਾਈਲ ਟੈਕਨੋਲੋਜੀ ਦੇ ਵਿੱਚ ਹੋਵੇ ਜਾਂ ਇਸ ਦੇ ਇਕੁਇਲੈਂਟ ਤਾਂ ਅਪਲਾਈ ਕਰ ਸਕਦੇ ਹੋ ਅੰਟਰਟੇਕਿੰਗ ਹੈ ਜਾਂ ਫਿਰ ਕਿਸੇ ਵੀ ਰਿਪਿਊਟਿਡ ਇੰਡਸਟਰੀ ਦੇ ਵਿੱਚ ਜੋ ਕਿ ਸੇਮ ਤੁਸੀਂ ਡਿਪਲੋਮੇ ਦੇ ਵਿੱਚ ਮਿਨੀਮਮ 5 ਸਾਲ ਦਾ ਐਕਸਪੀਰੀਅੰਸ ਹੈ ਨਾ ਉਹ ਲੋ ਮੰਗਿਆ ਗਿਆ ਹੈ ਜੀ ਔਰ ਤੁਹਾਡੇ ਕੋਲ ਜਿਹੜੀ ਡਿਗਰੀ ਹੈ ਮਾਸਟਰ ਡਿਗਰੀ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਂ ਪੋਸਟ ਗ੍ਰੈਜੂਏਸ਼ਨ ਡਿਗਰੀ ਜਿਹੜੀ ਹੈ ਜੀ ਸੈਕੰਡ ਡਿਵੀਜ਼ਨ ਦੇ ਵਿੱਚ ਜੋ ਕਿ ਇਕਨੋਮਿਕਸ ਮੈਥਸ కెਮਿਸਟਰੀ ਐਗਰੀਕਲਚਰ ਫਿਜ਼ਿਕਸ ਕਮਰਸ ਸਟੈਟਿਕਸ ਦੇ ਵਿੱਚ ਹੈ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ ਔਰ ਇਸ ਦੇ ਵਿੱਚ ਪੰਜਾਬੀ ਤੁਸੀਂ میٹرਿਕ ਲੈਵਲ ਤੇ ਜਿਹੜੀ ਜੀ ਪਾਸ ਕੀਤੀ ਹੋਣੀ ਚਾਹੀਦੀ ਹੈ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ 1 ਵੱਲ ਨਹੀਂ ਤਾਂ ਅਪਲਾਈ ਕਰ ਸਕਦੇ ਨੇ ਅਪਰ ਏਜ ਲਿਮਿਟ ਜਿਹੜੀ ਹੈ 45 ਸਾਲ ਤੱਕ ਦੀ ਹੋਏਗੀ ਜੋ ਪੰਜਾਬ ਗਵਰਨਮੈਂਟ ਦੇ ਆ ਕਿਸੇ ਵੀ ਕਾਰਪੋਰੇਸ਼ਨ ਦੇ ਨੇ ਉਹਨਾਂ ਨੂੰ ਤਾਂ ਪਲੱਸ 42 ਸਾਲ ਤੱਕ ਦੇ ਐਸਸੀ ਅਤੇ ਬੈਕਵਰਡ ਕਲਾਸ ਕੈਂਡੀਡੇਟ ਨੂੰ ਵੀ ਛੂਟ ਜਿਹੜੀ ਹੈ ਜੀ ਉਹ ਦਿੱਤੀ ਜਾਏਗੀ ਔਰ ਐਕਸੈਰੀਸ ਮੈਨੂੰ ਵੀ ਦਿੱਤੀ ਜਾਏਗੀ ਸੋ ਤੁਸੀਂ ਉਹਦੇ ਅਕੋਰਡਿੰਗਲੀ ਅਪਲਾਈ ਜਿਹੜਾ ਜੀ ਕਰ ਲੈਣਾ ਹੈ ਇਹਦੇ ਲਈ ਤੁਹਾਡਾ ਜਿਹੜਾ ਕੰਪੀਟੀਟਿਵ ਇਗਜ਼ਾਮ ਹੋਏਗਾ ਸਿਲੈਕਸ਼ਨ ਦੇ ਲਈ ਜੋ ਕਿ ਜਿਸ ਦੇ ਵਿੱਚ ਤੁਹਾਡੇ ਰਿਡਨ ਟੈਸਟ ਹੋਏਗਾ 300 ਮਾਰਕਸ ਦਾ ਜਿਸ ਵਿੱਚ 120 ਕੁਐਸਚਨ ਪੁੱਛੇ ਜਾਣਗੇ 2 ਢਾਈ ਮਾਰਕਸ ਦਾ ਜਿਹੜਾ ਹਰੇਕ ਕੁਐਸਚਨ ਜਿਹੜਾ ਤੁਹਾਡਾ ਉਹ ਹੋਏਗਾ ਪਲੱਸ ਇਸ ਦੇ ਵਿੱਚ 40 ਮਾਰਕਸ ਦੀ ਤੁਹਾਡੀ ਜਿਹੜੀ ਇੰਟਰਵਿਊ ਹੈ ਉਹ ਵੀ ਹੋਏਗੀ ਟੋਟਲ 340 ਮਾਰਕਸ ਦਾ ਤੁਹਾਡੇ ਜਿਹੜਾ ਟੈਸਟ ਹੈ ਜਿਸ ਦੇ ਵਿੱਚ ਰਹੇਗਾ ਕੁਐਸਚਨ ਪੇਪਰ ਜਿਹੜਾ ਹੈ ਜੀ ਸਿਲੇਬਸ ਜਿਹੜਾ ਅਟੈਚ ਕੀਤਾ ਹੋਇਆ ਹੈ ਨਾ ਇਹਦੇ ਨੀਚੇ ਉਹਦੇ ਅਕੋਰਡਿੰਗਲੀ ਰਹੇਗਾ ਟੈਸਟ ਜਿਹੜਾ ਹੈ 2 ਘੰਟੇ ਦਾ ਤੁਹਾਨੂੰ ਡਿਊਰੇਸ਼ਨ ਜਿਹੜਾ ਜਿਸ ਦੇ ਵਿੱਚ ਉਹ ਦਿੱਤਾ ਜਾਏਗਾ ਸੋ ਇਸ ਦੇ ਵਿੱਚ ਤੁਹਾਨੂੰ 45% ਮਾਰਕਸ ਲੈਣੇ ਪੈਣਗੇ ਜੇ ਕੁਆਲੀਫਾਈ ਜੋ ਜਿਹੜਾ ਸਿਲੈਕਸ਼ਨ ਪ੍ਰੋਸੈਸ ਰਹੇਗਾ ਰਿਟਰਨ ਐਗਜ਼ਾਮੀਨੇਸ਼ਨ ਔਰ ਇੰਟਰਵਿਊ ਸੋ ਜ਼ਰੂਰ ਉਹਦੀ ਤਿਆਰੀ ਕਰਕੇ ਫੇਰ ਹੀ ਤੁਸੀਂ ਟਰਾਈ ਕਰਨਾ ਅਗਰ ਤੁਸੀਂ ਇਹਦੇ ਲਈ एलिਜੀਬਲ ਹੋ ਨਹੀਂ ਤੇ ਵੀਡੀਓ ਨੂੰ ਫਰੈਂਡ ਸਰਕਲ ਦੇ ਵਿੱਚ ਆਪਣੇ ਸ਼ੇਅਰ ਜ਼ਰੂਰ ਕਰ ਦੇਣਾ ਜਿਹੜੇ ਵੀ ਕੈਂਡੀਡੇਟ ਹੋਣਗੇ ਜਿਹੜੇ एलिਜੀਬਲ ਹੋਣਗੇ ਉਹ ਇਹਦੇ ਲਈ ਅਪਲਾਈ ਜਿਹੜਾ ਜੀ ਉਹ ਕਰ ਪਾਣਗੇ ਜੀ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਤੇ ਇਹਦੇ ਲਈ ਲਿੰਕ ਤੁਹਾਨੂੰ ਸਾਰੇ ਦੇ ਸਾਰੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਦੇ ਦਵਾਂਗਾ ਜ਼ਰੂਰ ਚੈੱਕ ਕਰਕੇ ਅਪਲਾਈ ਕਰ ਲੈਣਾ ਜੀ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਜੀ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ